ਤਰਨਤਾਰਨ ਜ਼ਿਲ੍ਹੇ ਦਾ ਉੱਭਰ ਰਿਹਾ ਨਿਸ਼ਾਨੇਬਾਜ਼ ਖਿਡਾਰੀ ਸਤਿੰਦਰਪਾਲ ਸਿੰਘ ਆਪਣੇ ਹੀ ਦਮ ਬਿਨਾਂ ਕਿਸੇ ਸਰਕਾਰੀ ਮਦਦ 'ਤੇ ਮੱਲਾ ਮਾਰ ਰਿਹਾ ਹੈ। ਸਖਤ ਮਿਹਨਤ ਨਾਲ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਤਰਨਤਾਰਨ ਦਾ ਉੱਭਰ ਰਿਹਾ ਨਿਸ਼ਾਨੇਬਾਜ਼ ਖਿਡਾਰੀ ਸਤਿੰਦਰਪਾਲ ਸਿੰਘ ਬਿਨਾਂ ਕਿਸੇ ਸਰਕਾਰੀ ਮਦਦ ਦੇ ਅਨੇਕਾਂ ਮੁਕਾਬਲਿਆਂ ਵਿੱਚ ਮੱਲਾ ਮਾਰ ਚੁੱਕਿਆ ਹੈ। ਇਸ ਖਿਡਾਰੀ ਨੇ ਦੱਸਿਆ ਕਿ ਉਸ ਨੇ 1 ਸਾਲ ਪਹਿਲਾਂ ਇਹ ਖੇਡ ਨੂੰ ਅਪਣਾਇਆ ਹੈ। ਜਲੰਧਰ ਵਿੱਚ ਹੋਏ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਸਤਿੰਦਰਪਾਲ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੰਗਾ ਕੋਚ ਅਤੇ ਫਾਇਰਿੰਗ ਰੇਂਜ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਦੇਸ਼ ਲਈ ਓਲੰਪਿਕ ਵਿੱਚ ਕੀਰਤੀਮਾਨ ਸਥਾਪਿਤ ਕਰ ਸਕੇ। ਉਸ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਪੁੱਤ ਦੀ ਮਿਹਨਤ 'ਤੇ ਮਾਣ ਹੈ। ਮੈਨੂੰ 1 ਸਾਲ ਪਹਿਲਾਂ ਰਾਈਫਲ ਸ਼ੂਟਿੰਗ ਦਾ ਸ਼ੌਂਕ ਪਿਆ ਅਤੇ ਮੈਨੂੰ 10 ਕੁ ਮਹੀਨੇ ਮੈਨੂੰ ਰਾਈਫਲ ਸ਼ੂਟਿੰਗ ਸਟਾਰਟ ਕੀਤੀ ਨੂੰ ਹੋਇਆ ਅਤੇ ਮੇਰੇ ਮੰਮੀ ਪਾਪਾ ਨੇ ਮੇਰੀ ਮਦਦ ਕੀਤੀ ਵੀ 2.25 ਲੱਖ ਦੀ ਮੈਨੂੰ ਰਾਈਫਲ ਲੈ ਕੇ ਦਿੱਤੀ। ਫਿਰ ਮੇਰੇ 1 ਲੱਖ ਰੁਪਈਏ ਦੀ ਕਿੱਟ ਆਈ ਅਤੇ ਸਾਰਾ ਖਰਚਾ ਇਹਨਾਂ ਨੇ ਕੀਤਾ। ਅਤੇ ਬਾਕੀ ਸਰਕਾਰ ਕੋਲ ਮੈਂ ਇਹ ਮੰਗ ਕਰਦਾ ਵੀ ਜਿਹੜੇ ਹਰਿਆਣੇ ਦੀ ਸਰਕਾਰ ਅਤੇ MP ਸਰਕਾਰ ਆ, ਸਾਰਾ ਖਰਚਾ ਉਹ ਸਰਕਾਰ ਚੁੱਕਦੀ ਆ। ਪਲੇਅਰ ਦਾ ਜਿੱਦਾਂ ਬੱਸ 'ਚ ਜਾਈਏ ਅਪ ਡਾਊਨ ਜਿੱਦਾਂ ਜਾਣਾ, 1/4 ਟਿਕਟ ਲੱਗਣੀ ਆ ਹਰਿਆਣੇ ਦੀ, ਅਤੇ MP ਦੇ ਸਾਰੇ ਰਾਈਫਲ ਤੋਂ ਲੈ ਕੇ ਕਿੱਟ ਤੱਕ ਸਾਰਾ ਖਰਚਾ ਚੁੱਕਦੇ ਉਹਨਾਂ ਦਾ। ਅਤੇ ਪੰਜਾਬ ਸਰਕਾਰ ਨੇ ਕੁਛ ਨਹੀਂ ਅਜੇ ਤੱਕ ਦੇ ਮੈਨੂੰ ਕੋਈ ਕਰਨਾ ਚਾਹੀਦਾ ਇਹਨਾਂ ਨੂੰ। ਅਤੇ ਮੈਂ ਚਾਹੁੰਦਾ ਜੀ ਜਿਵੇਂ ਮੇਰਾ ਬੇਟਾ ਸਤਿੰਦਰਪਾਲ ਸਿੰਘ +2 ਦਾ ਵਿਦਿਆਰਥੀ SDI ਸਕੂਲ ਵਿੱਚ ਪੜ੍ਹ ਰਿਹਾ ਵਾ, ਇਹਨੇ 1 ਸਾਲ ਦੇ ਵਿੱਚ ਸਟੇਟ ਇੰਟਰਨੈਸ਼ਨਲ ਤੱਕ ਜਰਮਨ ਦੇ ਵਿੱਚ ਖੇਡ ਆਇਆ ਵਾ, ਉੱਥੋਂ ਵੀ ਬਰੌਂਜ ਮੈਡਲ ਜਿੱਤ ਕੇ ਆਇਆ ਵਾ। ਹੁਣ ਤੱਕ ਇਹਨੇ ਕਾਫੀ 6-7 ਗੋਲਡ ਮੈਡਲ ਜਿੱਤ ਲਏ ਆ, ਟੋਟਲ 12-13 ਮੈਡਲ ਇਹਨੇ ਜਿੱਤ ਲਏ ਆ। ਅਤੇ ਬਹੁਤ ਵਧੀਆ ਪ੍ਰੈਕਟਿਸ ਕਰ ਰਿਹਾ, ਬਹੁਤ ਵਧੀਆ ਖੇਡ ਰਿਹਾ। ਅਤੇ ਜੇਕਰ ਸਰਕਾਰ ਵੱਲੋਂ ਇਹਨੂੰ ਕੋਈ ਸਹੂਲਤ ਮਿਲੇ, ਕੋਈ ਕੋਚਿੰਗ ਰੇਂਜ ਦਾ ਪ੍ਰਬੰਧ ਹੋ ਜਾਵੇ, ਅਤੇ ਇਹ ਕਾਫੀ ਇੰਡੀਆ ਵਾਸਤੇ ਓਲੰਪਿਕ ਤੱਕ ਖੇਡ ਸਕਦਾ ਜੀ। ਸਹੀ ਹੈ ਜੀ, ਮੇਰਾ ਬੱਚਾ ਜਿਹੜਾ ਆ ਬਹੁਤ ਅੱਗੇ ਵੱਧ ਰਿਹਾ, ਅਤੇ ਜੇ ਉਹਦੀ ਕੋਈ ਮਦਦ ਵੀ ਹੋਵੇ ਤਾਂ ਉਹ ਵੀ ਬਹੁਤ ਵਧੀਆ। ਜੇ ਇੱਥੇ ਕੋਈ ਉਹਦਾ ਇੰਤਜ਼ਾਮ ਹੋਵੇ ਰੇਂਜ ਦਾ, ਅਤੇ ਹੋਰ ਵੀ ਬੱਚੇ ਜਿਹੜੇ ਆ ਉਹ ਰੇਂਜ ਜਿਹੜਾ ਪ੍ਰੈਕਟਿਸ ਕਰ ਸਕਣ ਅਤੇ ਅੱਗੇ ਵੱਧ ਸਕਣ। ਮਿਹਨਤ ਬਹੁਤ ਕਰ ਰਿਹਾ ਅਤੇ ਬਾਹਰ ਦੇ ਮੁਲਕਾਂ ਤੱਕ ਵੀ ਜਿਹੜਾ ਉਹ ਜਾ ਸਕਦਾ ਜੇ ਉਹਦੀ ਮਦਦ ਕੀਤੀ ਜਾਵੇ ਤਾਂ। ਖਡੂਰ ਸਾਹਿਬ ਤੋਂ ਦਮਨ ਦੀ ਰਿਪੋਰਟ।